ਸਟੂਡੈਂਟਸ ਵੈਲਕਮ ਅਗੇਨ ਅਵਰ ਟੁਡੇਸ ਟਾਪਿਕ ਇਜ਼ ਕੈਰੈਕਟਿਸਟਿਕਸ ਆਫ ਕਲਚਰ ਇੱਕ ਜਿਹੜਾ ਕਲਚਰ ਹੈ ਉਹਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਫਰਸਟ ਇਜ਼ ਇਟ ਇਜ਼ ਮੈਨ ਮੇਡ ਪਹਿਲੀ ਦੀ ਵਿਸ਼ੇਸ਼ਤਾ ਜਾਂ ਕੈਰੈਕਟਿਸਟਿਕਸ ਕੀ ਹੈ ਕਿ ਮੈਨ ਮੇਡ ਹੈ ਇਹਨੂੰ ਮਨੁੱਖ ਨੇ ਆਪ ਬਣਾਇਆ ਇਹ ਸਾਡੇ ਕੋਲ ਨੇਚਰਲ ਨਹੀਂ ਹੈਗਾ ਇਟ ਇਜ਼ ਐਬਸਟ੍ਰੈਕਟ ਇਟ ਕੰਸਿਸਟਸ ਆਫ ਪੈਟਰਨਸ ਫਾਰ ਥਿੰਕਿੰਗ ਫੀਲਿੰਗ ਐਂਡ ਬਿਹੇਵਿੰਗ ਉਨੇ ਦੇ ਵਿੱਚ ਸਾਡਾ ਸੋਚਣ ਦਾ ਤਰੀਕਾ ਅਸੀਂ ਜੋ ਮਹਿਸੂਸ ਕਰ ਰਹੇ ਹਾਂ ਅਸੀਂ ਜੋ ਬਿਹੇਵ ਕਰ ਰਹੇ ਹਾਂ ਮਤਲਬ ਇਹ ਕੀ ਹੈ ਐਬਸਟ੍ਰੈਕਟ ਹੈ ਅਸੀਂ ਇਹਨਾਂ ਚੀਜ਼ਾਂ ਨੂੰ ਜਸਟ ਦੇਖ ਸਕਦੇ ਹਾਂ ਕਿ ਉਹ ਵਿਅਕਤੀ ਇਸ ਤਰੀਕੇ ਨਾਲ ਕਰ ਰਿਹਾ ਹੈ ਇਟ ਇਜ਼ ਟ੍ਰਾਂਸਮਿਟਿਡ ਸੋਸ਼ੀਅਲੀ ਇਟ ਇਜ਼ ਲਰਨਡ ਅਗਲੀ ਇਹਦੀ ਵਿਸ਼ੇਸ਼ਤਾ ਕੀ ਹੈ ਕਿ ਇਹ ਟ੍ਰਾਂਸਮਿਟ ਹੁੰਦਾ ਹੈ ਇੱਕ ਸੋਸਾਇਟੀ ਤੋਂ ਦੂਸਰੀ ਸੋਸਾਇਟੀ ਦੇ ਵਿੱਚ ਜਾਂ ਇੱਕ ਪੀੜੀ ਤੋਂ ਦੂਸਰੀ ਪੀੜੀ ਦੇ ਵਿੱਚ ਤੇ ਇਹਨੂੰ ਸਿੱਖਿਆ ਜਾ ਸਕਦਾ ਹੈ ਇਟ ਇਜ਼ ਲਰਨਡ ਇਟ ਇਜ਼ ਸਟਰਕਚਰਲ ਇਹਦਾ ਸਟਰਕਚਰ ਹੁੰਦਾ ਇਟ ਕਨਸਿਸਟਸ ਆਫ ਆਰਗਨਾਈਜ਼ਡ ਪੈਟਰਨਸ ਫਾਰ ਥਿੰਕਿੰਗ ਫੀਲਿੰਗ ਐਂਡ ਬਿਹੇਵਿੰਗ ਨੈਕਸਟ ਇਜ਼ ਕਮੂਲੇਟਿਵ ਆਲ ਦਾ ਇਲੀਮੈਂਟਸ ਆਫ ਕਲਚਰ ਗ로우 ਐਜ਼ ਅ ਰਿਜ਼ਲਟ ਆਫ ਅ ਅਕਮੂਲੇਸ਼ਨ ਹੁਣ ਜਿਹੜਾ ਕੋਈ ਵੀ ਕਿਸੇ ਵੀ ਕੰਟਰੀ ਦਾ ਕਿਸੇ ਵੀ ਸਟੇਟ ਦਾ ਕਲਚਰ ਹੁੰਦਾ ਤਾਂ ਉਹ ਦਾ ਰਿਜ਼ਲਟ ਕੀ ਨਿਕਲਦਾ ਐਸ ਅਕਮੂਲੇਸ਼ਨ ਨੈਕਸਟ ਇਜ਼ ਪਰਸਪੈਕਟਿਵ ਕਲਚਰ ਇਜ਼ ਪ੍ਰਸਰਵਡ ਐਂਡ ਟ੍ਰਾਂਸਮਿਟਡ ਟੂ ਦ ਨੈਕਸਟ ਜਨਰੇਸ਼ਨ ਹੁਣ ਇੱਕ ਪੀੜੀ ਤੋਂ ਦੂਸਰੀ ਪੀੜੀ ਤੱਕ ਅਸੀਂ ਨੂੰ ਟ੍ਰਾਂਸਮਿਟ ਕਰ ਸਕਦੇ ਆ ਇਟ ਇਜ਼ ਅਕਵਾਇਰਡ ਸੋਸ਼ਲ ਹੈਰੀਟੇਜ ਐਂਡ ਇਜ਼ ਨੈਸੈਸਰੀ ਫਾਰ ਦ ਪ੍ਰੋਗਰੈਸ ਆਫ ਮੈਨਕਾਈਂਡ ਤੇ ਇਹ ਇੱਕ ਜਿਹੜਾ ਹਿਊਮਨ ਬੀਇੰਗ ਹੈ ਮੈਨਕਾਈਂਡ ਆਫ ਦ ਪ੍ਰੋਗਰੈਸ ਦੇ ਲਈ ਵੀ ਜ਼ਰੂਰੀ ਹੈ ਅਕਵਾਇਰਡ ਇਕਵਲਟੀ ਕਲਚਰ ਇਜ਼ ਨਾਟ ਇਨਨਿਤ ਇਹ ਅੰਦਰੂਨੀ ਨਹੀਂ ਹੁੰਦਾ ਟ੍ਰੇਟਸ ਲਰਨਡ ਸੋਸ਼ੀਅਲਾਈਜੇਸ਼ਨ ਹੈਬਿਟਸ ਐਂਡ ਥੌਟਸ ਆਰ ਕਾਲਡ ਕਲਚਰ ਹੁਣ ਜਿਹੜੇ ਅਸੀਂ ਟ੍ਰੇਟਸ ਸਾਡਾ ਜਿਹੜਾ ਗੁਣ ਨੇ ਅਸੀਂ ਆਪਣੇ ਸਮਾਜ ਦੇ ਵਿੱਚੋਂ ਸਿੱਖਦੇ ਹਾਂ ਸਾਡੀਆਂ ਹੈਬਿਟਸ ਹੁੰਦੀਆਂ ਨੇ ਤੇ ਸਾਡੇ ਥੌਟਸ ਹੁੰਦੇ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਕਲਚਰ ਤੇ ਸਾਰੀਆਂ ਚੀਜ਼ਾਂ ਅਸੀਂ ਸਿੱਖਦੇ ਹਾਂ ਲਰਨ ਕਰਦੇ ਹਾਂ ਸੋਸ਼ਲ ਨਾਟ ਇੰਡੀਵਿਜੂਅਲ ਇਹ ਕਿਸੇ ਇਕੱਲੇ ਵਿਅਕਤੀ ਦਾ ਨਹੀਂ ਕਾਊਂਟ ਹੁੰਦਾ ਪੂਰੀ ਸੋਸਾਇਟੀ ਦਾ ਹੁੰਦਾ ਹੈ ਕਲਚਰ ਇਜ਼ ਇਨਕਲੂਸਿਵ ਆਫ ਦਾ ਐਕਸਪੈਕਟੇਸ਼ਨਸ ਆਫ ਦਾ ਮੈਂਬਰਸ ਆਫ ਅ ਗਰੁੱਪ ਹੁਣ ਮੈਂਬਰਸ ਆਫ ਗਰੁੱਪ ਕੀ ਹੈ ਜਿਹੜੀ ਸੋਸਾਇਟੀ ਦੇ ਵਿੱਚ ਅਸੀਂ ਰਹਿ ਰਹੇ ਹਾਂ it is a social product which is shared by most members of the group ek social product hai not a individual product next is diffusive and diffusion means acceptance of cultural pattern hun ithe jehda cultural pattern hunda ohnu accept kita janda hai inu jehda kise bhi asi country de vich kise bhi state de vich reh reha ta utthe jehda culture asi ohnu accept karde ha ohnu follow karde ha ਕਲਚਰ ਇਜ਼ ਟ੍ਰਾਂਸਮਿਟਿਡ ਨਾਟ ਓਨਲੀ ਫ্রম ਜੇਨਰੇਸ਼ਨ ਟੂ ਜੇਨਰੇਸ਼ਨ ਬਟ ਆਲਸੋ ਫ্রম ਵਨ ਜੇਨਰੇਸ਼ਨ ਟੂ ਅਨਦਰ ਇੱਕ ਜੇਨਰੇਸ਼ਨ ਤੋਂ ਦੂਸਰੀ ਜੇਨਰੇਸ਼ਨ ਤੱਕ ਅਸੀਂ ਨੂੰ ਟ੍ਰਾਂਸਮਿਟ ਕਰ ਦਿਆ ਡਿਫਿਊਜ਼ਨ ਇਜ਼ ਡਿਟਰਮਾਈਨਡ ਬਾਈ ਸੋਸ਼ਲ ਕੰਟੈਕਟਸ ਨੈਕਸਟ ਇਟ ਫulfills ਸਮ ਨੀਡਸ ਇਹ ਜਿਹੜੀਆਂ ਕੁਝ ਸਾਡੀਆਂ ਲੋੜਾਂ ਨੇ ਉਹਨਾਂ ਨੂੰ ਵੀ ਪੂਰਾ ਕਰਦਾ ਹੈ ਕਲਚਰ ਫulfills ਸਮ ਐਥੀਕਲ ਐਂਡ ਸੋਸ਼ਲ ਨੀਡਸ ਹੁਣ ਸਾਡੀਆਂ ਜਿਹੜੀਆਂ ਐਥੀਕਲ ਤੇ ਸੋਸ਼ਲ ਨੀਡਸ ਨੇ ਉਹਨਾਂ ਨੂੰ ਪੂਰਾ ਕਰਦਾ ਹੈ ਆਫ ਅ ਗਰੁੱਪ ਜੋ ਜਿਹੜੀ ਸੋਸਾਇਟੀ ਹੈ ਉਹ ਹੋ ਗਿਆ ਗਰੁੱਪ which are ends in themselves next is language language is the chief vehicle of culture ਹੁਣ ਜਿਹੜਾ ਕਲਚਰ ਆ ਕਿਵੇਂ ట్రాన్స్మిਟ ਹੁੰਦਾ ਲੈਂਗੁਏਜ ਦੇ ਜ਼ਰੀਏ ਮਨ ਲਿਵਸ ਨਾਟ ਓਨਲੀ ਇਨ ਦਾ ਪ੍ਰੈਜ਼ੈਂਟ ਬਟ ਆਲਸੋ ਇਨ ਦਾ ਪਾਸਟ ਐਂਡ ਫਿਊਚਰ ਹੁਣ ਅਸੀਂ ਇਕੱਲਾ ਪ੍ਰੈਜ਼ੈਂਟ ਦੇ ਵਿੱਚ ਹੀ ਨਹੀਂ ਜਿਉਂਦੇ ਪਾਸਟ ਤੇ ਫਿਊਚਰ ਨੂੰ ਵੀ ਨਾਲ ਲੈ ਕੇ ਚੱਲਦੇ ਹਾਂ ਹੀ ਇਜ਼ ਇਨੇਬਲਡ ਟੂ ਡੂ ਬਿਕਾਜ਼ ਆਫ ਪੋਸੈਸ ਲੈਂਗੁਏਜ which transmits to him what was learned in the past and enables him to transmit the accumulated wisdom. next is distinctively. different societies of the world have their distinct culture patterns. ਪੂਰੇ ਜਹੇ ਸੀ ਕੰਟਰੀਜ਼ ਦੀ ਗੱਲ ਕਰੀਏ ਚਾ ਕਿਸੇ ਕੰਟਰੀ ਤੇ ਜਿੰਨੀਆਂ ਸਟੇਟਸ ਨੇ ਜਿਵੇਂ ਕਿ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਇੱਥੇ ਕੀ ਹੈ ਡਾਇਵਰਸਟੀ ਹੈ ਡਿਸਟਿੰਕਟਿਵਲੀ ਹੈ ਕਿਉਂਕਿ ਇੱਥੇ ਹਰੇਕ ਸਟੇਟ ਦਾ ਜਿਹੜਾ ਕਲਚਰ ਆ ਉਹ ਵੱਖਰਾ ਹੈ ਕਲਚਰ ਪੈਟਰਨ ਵੱਖਰਾ ਹੈ ਵਿਚ ਐਸਟੈਬਲਿਸ਼ ਦਾ ਡਿਫਰੈਂਟ ਆਇਡੈਂਟਿਟੀਆਂ ਆਫ ਡਿਫਰੈਂਟ ਨੇਸ਼ਨਸ ਉਸੇ ਤਰੀਕੇ ਨਾਲ ਜਿਹੜੇ ਅਲੱਗ-ਅਲੱਗ ਕੰਟਰੀ ਨੇ ਉਹਨਾਂ ਦਾ ਵੀ ਜਿਹੜਾ ਕਲਚਰ ਆ ਉਹ ਵੱਖਰਾ-ਵੱਖਰਾ ਹੈ ਤੇ ਜਿਹਦੇ ਕਰਕੇ ਹਰੇਕ ਕੰਟਰੀ ਦੀ ਜਿਹੜੀ ਡਿਫਰੈਂਟ ਆਇਡੈਂਟੀਟੀ ਹੁੰਦੀ ਹੈ ਵੱਖਰੀ ਪਛਾਣ ਹੁੰਦੀ ਹੈ ਨੈਕਸਟ ਇਜ਼ ਕਲਚਰ ਇਸ ਨਾਟ ਸਟੈਟਿਕ ਹੁਣ ਇਹ ਇੱਕ ਥਾਂ ਤੇ ਜਿੱਥੇ ਚੱਲ ਰਿਹਾ ਉਵੇਂ ਇਹਦੇ ਵਿੱਚ ਖੜੋਤ ਨਹੀਂ ਆਉਂਦੀ ਇਹ ਡਾਇਨਾਮਿਕ ਹੈ ਮੀਨਸ ਕਿ ਇਹਦੇ ਵਿੱਚ ਜਿਹੜੀਆਂ ਚੇਂਜਸ ਨੇ ਟਾਈਮ ਟੂ ਟਾਈਮ ਆਉਂਦੀਆਂ ਰਹਿੰਦੀਆਂ ਨੇ ਇਨ ਅਦਰ ਵਰਡਸ ਇਟ ਚੇਂजेस ਐਂਡ ਗਰੋਸ ਹੁਣ ਇਹਦੇ ਵਿੱਚ ਚੇਂਜਸ ਵੀ ਆਉਂਦੀਆਂ ਨੇ ਤੇ ਇਹ ਗਰੋ ਵੀ ਕਰਦਾ ਡਵੈਲਪ ਵੀ ਹੁੰਦਾ ਹੈ ਡਿਊ ਟੂ ਰੈਪਿਡ ਰਾਈਜ਼ ਇਨ ਦਾ मींस ਆਫ ਟ੍ਰਾਂਸਪੋਰਟ ਐਂਡ ਕਮਿਊਨੀਕੇਸ਼ਨ ਅ ਕਲਚਰਲ ਇਨਵੇਡਸ ਦਾ ਅਦਰ ਕਲਚਰਸ ਹੁਣ ਜਿਵੇਂ ਕਿ ਜਿੰਨੀ ਟੈਕਨੋਲੋਜੀ ਡਿਵੈਲਪ ਹੋ ਰਹੀ ਹੈ ਮੀਨਸ ਆਫ ਕਮਿਊਨੀਕੇਸ਼ਨ ਤੇ ਟਰਾਂਸਪੋਰਟ ਡਿਵੈਲਪ ਹੋ ਰਹੇ ਨੇ ਤਾਂ ਉਹਦੇ ਨਾਲ ਅਸੀਂ ਇੱਕ ਕਲਚਰ ਤੋਂ ਦੂਸਰੇ ਕਲਚਰ ਬਾਰੇ ਜਿਹੜਾ ਛੇਤੀ ਜਾਣੂ ਹੋ ਜਾਂਦੇ ਆ ਇਟ ਪੈਨਟ੍ਰੇਟਸ ਇੰਟਰਪੈਨਟ੍ਰੇਟਸ ਚੇਂजेस ਐਂਡ ਗਰੋਸ ਥੈਟ ਇਜ਼ ਵਾਈ आवर ਮਾਡਰਨ ਇੰਡੀਅਨ ਕਲਚਰ ਇਜ਼ ਨਾਟ 댓 올ਡ ਕਲਚਰ ਵਿਚ ਗਾਈਡਡ ਦਾ ਨੇਸ਼ਨਸ ਆਫ ਦਾ ਵਰਲਡ ਇਨ ਦਾ ਪਾਸਟ ਇਨਫੈਕਟ the different cultures of the world are interacting among themselves and thus a synthesis of cultures is going on this modern world te hun taahi asi jehde dusre country de vich jehda ohna da culture hunda je rosi utthe ja ke rehna da ta assi nu bahut jaldi adopt kar lene ha kyunki jehde means of transport ne te means of communication ne ohna naal assi ik dusre de bahut nede aa gaye ha dear students इसी करैक्टरिस्टिक्स ऑफ कल्चर थैंक्स फॉर वाचिंग